ਸਾਧ ਸੰਗਤ ਜੀਓ, ਸਾਰੇ ਅੱਜ ਜਿਹੜੀ ਮੀਟਿੰਗ ਹੋਈ ਹੈ ਲਾ ਗੁਰਦੁਆਰਾ ਸਿੰਘ ਸਭਾ ਪੁਰਾਣਾ ਦਰਵਾਜ਼ਾ ਵਿਖੇ ਵਿਸਾਖੀ ਦਾ ਦਿਹਾੜਾ, ਖਾਲਸੇ ਦਾ ਜਨਮ ਦਿਹਾੜਾ ਆ ਰਿਹਾ ਹੈ, ਉਹਦੇ ਸੰਬੰਧ ਵਿੱਚ ਜੋ ਨਰ ਕੀਰਤਨ ਹੈ ਉਹ ਪੁਰਾਣਾ ਦਰਵਾਜ਼ਾ ਗੁਰਦੁਆਰਾ ਸਿੰਘ ਸਭਾ ਤੋਂ ਸ਼ੁਰੂ ਹੋ ਰਿਹਾ ਹੈ, ਜਿਹਦਾ 12 ਟਾਈਮ ਹੈ, 12 ਤਰੀਕ ਟਾਈਮ ਹੈ ਦੁਪਹਿਰ ਦਾ 3 ਵਜੇ। ਉਹ ਸਾਰਿਆਂ ਨੇ ਹੀ ਬੜੀ ਹੁੰਮ ਹਵਾ ਕੇ ਪੂਰੇ ਬਾਹ ਵਰਦੀ ਸਾਰੇ ਨੇ ਪਹੁੰਚਣਾ ਹੈ, ਵੱਧ ਤੋਂ ਵੱਧ ਹਿੱਸਾ ਲੈਣਾ, ਤਾਂ ਜੋ ਬੜੇ ਉਤਸ਼ਾਹ ਦੇ ਨਾਲ ਸ਼ਰਧਾ ਦੇ ਨਾਲ ਇਹ ਦਿਹਾੜਾ ਹੈ ਖਾਲਸੇ ਦਾ ਜਨਮ ਦਿਹਾੜਾ ਮਨਾਇਆ ਜਾ ਸਕੇ। ਸੋ ਸਾਰਿਆਂ ਨੂੰ ਬੇਨਤੀ ਹੈ ਕਿ ਸਾਰਿਆਂ ਨੇ ਟਾਈਮ ਨਾਲ ਪਹੁੰਚਣਾ ਹੈ, ਅਤੇ ਸਾਰਿਆਂ ਨੇ ਹੀ ਬੜੇ ਵੱਧ ਤੋਂ ਵੱਧ ਆਪਣੇ ਹੋਰ ਆਂਢ ਗੁਆਂਢ ਭੈਣ ਭਰਾ ਯਾਰ ਦੋਸਤ ਲੈ ਕੇ ਪਹੁੰਚਣਾ ਹੈ, ਤਾਂ ਜੋ ਇੱਕ ਬੜਾ ਹੀ ਸ਼ਾਨ ਦੇ ਨਾਲ ਬੜਾ ਹੀ ਉਤਸ਼ਾਹ ਦੇ ਨਾਲ ਇਹ ਜੋ ਖਾਲਸਾ ਜਨਮ ਦਿਹਾੜਾ ਮਨਾਇਆ ਜਾਵੇ, ਇੱਕ ਵਧੀਆ ਮੈਸੇਜ ਜਾਵੇ ਸਾਰਿਆਂ ਨੂੰ, ਜਿਹੜਾ ਅੱਜ ਦਾ ਜਿਹੜਾ ਇਸ ਸਮਾਜ ਵਿੱਚ ਪਤਿਤਪੁਣਾ ਚੱਲ ਰਿਹਾ ਹੈ, ਨਸ਼ਾ ਚੱਲ ਰਿਹਾ ਹੈ, ਉਹਨੂੰ ਠੱਲ ਪਾਉਣ ਵਾਸਤੇ ਇਹ ਆਪਣੇ ਬਹੁਤ ਵਧੀਆ ਮੈਸੇਜ ਹੈ। ਜਿੰਨੇ ਵੀ ਨੌਜਵਾਨ ਇਸ ਨਰ ਕੀਰਤਨ ਨਾਲ ਜੁੜਨਗੇ ਇਹਦਾ ਮੈਸੇਜ ਵਧੀਆ ਜਾਏਗਾ, ਤਾਂ ਜੋ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਆ ਉਹ ਨਸ਼ੇ ਤੋਂ ਮੁਕਤ ਹੋ ਸਕੇ, ਅਤੇ ਜੋ ਪਤਿਤ ਪੁਣੇ ਵਿੱਚ ਪੈ ਗਏ ਹਨ ਉਸ ਤੋਂ ਦੂਰ ਹੋ ਸਕਣ। ਸੋ ਬੇਨਤੀ ਆ ਸਾਰਿਆਂ ਨੇ ਵੱਧ ਤੋਂ ਵੱਧ ਇੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ।